ਨਸ਼ੇ ਦੀ ਆਦਤ ਦੀ ਵਜ੍ਹਾ ਦੇ ਨਾਲ 6 ਨੌਜਵਾਨ ਲੁਟੇਰੇ ਬਣ ਗਏ। ਸਾਰੇ ਨੌਜਵਾਨ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ। ਇਸੇ ਦੌਰਾਨ ਉਹ ਆਪਣੇ ਸ਼ਿਕਾਰ ਨੂੰ ਰੈਕੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦਰਅਸਲ ਪੁਲਿਸ ਦੀ ਸਿਰਦਰਦੀ ਬਣੇ ਇਹ ਲੁਟੇਰੇ 6 ਮੈਂਬਰਾਂ ਗਰੋਹ ਸੀ ਅਤੇ ਇਨ੍ਹਾਂ ਦੇ ਵਿੱਚੋਂ 3 ਨੂੰ ਗੁਰਦਾਸਪੁਰ ਪੁਲਿਸ ਨੇ ਖਾਸ ਮੁਖਬਰ ਦੀ ਇਤਲਾਹ ਦੇ ਉੱਤੇ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਕੋਲੋਂ ਲੁੱਟ ਦੀ ਵਾਰਦਾਤ ਦੇ ਸਮੇਂ ਇਸਤੇਮਾਲ ਕੀਤੇ ਗਏ ਮੋਟਰਸਾਈਕਲ, ਤੇਜ਼ਧਾਰ ਹਥਿਆਰ ਅਤੇ 1 ਏਅਰ ਪਿਸਟਲ ਤੋਂ ਇਲਾਵਾ ਲੁੱਟੇ ਗਏ ਪੈਸੇ ਵੀ ਬਰਾਮਦ ਕੀਤੇ ਗਏ ਨੇ। ਇਸ ਦਾ ਖੁਲਾਸਾ SSP ਗੁਰਦਾਸਪੁਰ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ। ਸਾਡਾ 6 ਬੰਦਿਆਂ ਦਾ ਗੈਂਗ ਸਬਜ਼ੀ ਦਾ ਕੰਮ ਕਰਦੇ, ਲੁੱਟਾਂ ਖੋਹਾਂ ਨਸ਼ੇ ਕਰਦੇ ਆ, ਤੇ ਲੁੱਟਾਂ ਖੋਹਾਂ ਕਰਨ ਦੀ ਆਦਤ ਕਿਸ ਤਰ੍ਹਾਂ ਪਈ ਤੇ ਕਿਉਂ ਤੁਸੀਂ ਲੁੱਟਾਂ ਖੋਹਾਂ ਕਰਦੇ? ਨਸ਼ੇ ਕਰਕੇ ਸਰ। ਕਿਹੜਾ ਕਿਹੜਾ ਨਸ਼ਾ ਕਰਦੇ? ਚਿੱਟਾ ਬਿਜ਼ਨਸ ਨਾ ਕਰਦੇ। ਅੱਜ ਅਸੀਂ ਇੱਕ ਜਿਹੜਾ ਕ੍ਰਿਮੀਨਲ ਗੈਂਗ ਫੜਿਆ ਜਿਹੜੇ ਕਿ ਗੁਰਦਾਸਪੁਰ ਦੇ ਵਿੱਚ ਲੁੱਟਾਂ ਖੋਹਾਂ ਕਰਦਾ ਸੀ ਔਰ ਇਹਨਾਂ ਦੇ ਨਾਲ ਦੇ ਏਰੀਏ ਵਿੱਚ ਇਹਨਾਂ ਨੇ ਬਟਾਲੇ ਵੀ ਕੀਤੀਆਂ ਹੋਈਆਂ ਨੇ। ਇਹਦੇ ਵਿੱਚ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਕੁਛ ਬੰਦੇ ਲੁੱਟ ਖੋਹ ਕਰਨ ਦੀ ਨੀਤ ਦੇ ਨਾਲ ਜਿਹੜੇ ਇੱਥੇ ਆਏ ਨੇ ਅਤੇ ਕੋਈ ਲੁੱਟ ਖੋਹ ਕਰ ਸਕਦੇ ਆ। ਜਿਹਦੇ 'ਚ ਕੱਲ੍ਹ ਅਸੀਂ ਸਪੈਸ਼ਲ ਟੀਮਸ ਬਣਾਈਆਂ DSP ਗੁਰਵੰਤ ਸਿੰਘ ਦੀ ਅਗਵਾਈ ਹੇਠ, ਉਹਦੇ 'ਚ 3 ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 5 ਵਾਰਦਾਤਾਂ ਜਿਹੜੀਆਂ ਨੇ ਇਹ ਸੋਲਵ ਹੋਈਆਂ ਨੇ। ਇਹਨਾਂ ਬੰਦਿਆਂ ਕੋਲੋਂ 1,60,000 ਰੁਪਏ ਦੀ ਅਸੀਂ ਜਿਹੜੀ ਰਿਕਵਰੀ ਕੀਤੀ ਹੈ। 3 ਦੋਸ਼ੀ ਇਹਨਾਂ ਦੇ ਨਾਲ ਦੇ ਜਿਹੜੇ ਭੱਜ ਗਏ ਨੇ। ਇਹਨਾਂ ਕੋਲੋਂ 2 ਮੋਟਰਸਾਈਕਲ ਵੀ ਨਾਲ ਬਰਾਮਦ ਕੀਤੇ ਨੇ ਜਿਨ੍ਹਾਂ 'ਤੇ ਵਾਰਦਾਤਾਂ ਕਰਦੇ ਸਨ। ਇਹਨਾਂ ਦੀ ਮੋਟਰ ਸਬੰਧੀ ਇਹ ਸੀ ਕਿ ਆਪਣੇ ਮੋਟਰਸਾਈਕਲ ਦਾ ਜਿਹੜਾ ਇਹ ਨੰਬਰ ਚੇਂਜ ਕਰਕੇ ਔਰ ਰੈਕੀ ਕਰਕੇ ਇੱਥੇ ਜਿਹੜੀਆਂ ਲੁੱਟਾਂ ਖੋਹਾਂ ਕਰਦੇ ਸਨ। ਇਹ 3 ਬੰਦੇ ਫੜੇ ਗਏ ਨੇ, ਬਾਕੀ ਜਿਹੜੇ 3 ਨੇ ਉਹ ਵੀ ਜਲਦੀ ਫੜੇ ਜਾਣਗੇ। ਇਹਨਾਂ 'ਚ 1 ਬੰਦਾ ਬਟਾਲੇ ਦਾ ਹੈ, ਉਹ ਪਹਿਲਾਂ ਵੀ 302 ਦੇ ਕੇਸ ਦੇ ਵਿੱਚ PO ਜਿਹੜਾ ਹੈ। ਇਹਨਾਂ ਕੋਲੋਂ ਵੈਪਨ ਜਿਹੜੇ ਨੇ ਜੀ, 1 ਇਹਨਾਂ ਕੋਲੋਂ ਏਅਰ ਪਿਸਟਲ ਬਰਾਮਦ ਹੋਇਆ, 1 ਦਾਤਰ ਅਤੇ 1 ਕਿਰਚ, ਅਤੇ 1 ਇਹਨਾਂ ਕੋਲ ਜਿਹੜੀ 1 ਸਬਲ ਬਰਾਮਦ ਹੋਈ ਹੈ। ਅਤੇ ਇਸ ਤੋਂ ਸਿਵਾਏ ਕਰੰਸੀ 1,60,000 ਰੁਪਏ ਦੀ ਜਿਹੜੀ ਹੈ ਉਹ ਬਰਾਮਦ ਕੀਤੀ। ਇਹ ਬੰਦੇ ਲੋਕਲ ਜਿਹੜੇ ਨੇ, ਇੱਥੇ ਛੋਟਾ ਮੋਟਾ ਕੰਮ ਕਰਦੇ ਆ, ਕੋਈ ਸਬਜ਼ੀ ਦਾ ਕੰਮ ਕਰਦਾ ਜਾਂ ਕੋਈ ਹੋਰ ਰੇਹੜੀ ਲਾਉਂਦਾ, ਅਤੇ ਇਹ ਇਸ ਤਰ੍ਹਾਂ ਦੇ ਇਹਨਾਂ ਦਾ ਜਿਹੜਾ ਕੰਮ ਹੈ, ਨਸ਼ੇ ਕਰਦੇ ਨੇ ਬੰਦੇ। ਥੈਂਕ ਯੂ ਜੀ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ।